ਬਟਾਲਾ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਤਰਨ ਤਾਰਨ ਦੇ ਨੇੜਲੇ ਪਿੰਡ ਦੇ ਖਾਲੀ ਪਲਾਂਟ 'ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਸੀ ਤੇ ਇਸ ਬਲਾਸਟ 'ਚ 2 ਵਿਅਕਤੀਆਂ ਦੀ ਮੌਤ ਅਤੇ 1 ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ। ਪਰ ਹੁਣ ਇਸ ਧਮਾਕੇ ਮਾਮਲੇ 'ਚ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਹਿਰਾਸਤ 'ਚ ਲਏ ਗਏ ਵਿਅਕਤੀ ਵੱਖ ਵੱਖ ਸ਼ਹਿਰਾਂ ਨਾਲ ਸੰਬੰਧਿਤ ਨੇ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਇਸ ਮਾਮਲੇ 'ਚ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਕਿ ਤਰਨ ਤਾਰਨ ਬਲਾਸਟ 'ਚ 7 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ, ਜਿਸ 'ਚ ਹੁਣ ਇਹਨਾਂ ਤੋਂ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਬਲਾਸਟ ਹੋਇਆ ਸੀਗਾ, ਕੇਸ ਵਿੱਚ ਕੀਤਾ ਸੀ ਅਸੀਂ ਉਸ ਵਿਅਕਤੀ 'ਚ 5 ਲੋਕ ਨੂੰ, ਉਹਦੇ ਸਾਨੂੰ ਕੋਈ ਕਲੂਜ਼ ਮਿਲੇ ਸੀਗੇ ਅਤੇ ਫਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੋਸ਼ੀਆਂ ਨੂੰ, ਅੱਜ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਲਿਆ ਵਾ। ਹੁਣ ਜਿਹੜੇ ਫਰਦਰ ਇਨਕਸ਼ਾਫ ਹੋਣਗੇ ਉਹਦੇ ਮੁਤਾਬਕ ਦੇਖਾਂਗੇ ਅੱਜ ਰਿਮਾਂਡ ਤੋਂ ਬਾਅਦ ਪੁੱਛਗਿੱਛ ਕੀ ਹੁੰਦਾ ਵਾ, ਜਿੱਦਾਂ ਇਹਦਾ ਮਤਲਬ ਕਿ ਇਹਨਾਂ ਦੀ ਪੁੱਛਗਿੱਛ ਆਊਗਾ ਉਹ ਸਾਨੂੰ ਫਰਦਰ ਸਾਡੀ ਇਨਵੈਸਟੀਗੇਸ਼ਨ ਚਲੀ ਜਾਂਦੀ। ਸਰ ਕਿੰਨੇ ਦੋਸ਼ੀ ਨੇ? ਕਿੰਨੇ ਦੋਸ਼ੀ ਫੜੇ ਗਏ? 7 ਦੋਸ਼ੀ। ਸਰ ਕਿਸ ਮਾਮਲੇ 'ਚ ਨੇ? ਸਰ ਇਹ ਇੱਕ ਪੰਡੋਰੀ ਕੋਲ ਇੱਕ ਬਲਾਸਟ ਹੋਇਆ ਸੀ 5 ਨੂੰ ਪੁਲਿਸ ਵਿੱਚ। ਸਰ ਇਹਨਾਂ ਨੇ ਕੋਈ ਕਲੂ ਮਿਲਿਆ ਕਿ ਇਹਨਾਂ ਨੇ ਮਤਲਬ ਕਿ ਕਿੰਨਾ ਨਾਲ ਸੰਬੰਧ? ਹਾਂ ਹੁਣ ਦੇਖਿਆ ਰਿਮਾਂਡ ਲਿਆ ਵਾ, ਦੇਖਦੇ ਹਾਂ ਕੀ ਹੁੰਦਾ। ਤੇ ਕੋਈ ਰਿਕਵਰੀ ਹੋਈ ਹੈ ਸਰ? ਹਾਂ ਕਰਾਂਗੇ ਨਾ, ਹੁਣ ਦੇਖੋ ਰਿਮਾਂਡ ਦੇ ਵਿੱਚ ਡਿਊਰਿੰਗ ਰਿਮਾਂਡ ਦੇ ਕੋਲ ਪੁੱਛਾਂਗੇ ਕੀ ਕੀ ਪਤਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।